ਸਪੈਸ਼ਲ ਬੱਚਿਆਂ ਲਈ ਸਰਕਾਰਾਂ ਵੱਲੋਂ ਬਹੁਤ ਕੁਝ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ, ਪਰ ਇਹ ਦਾਅਵੇ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਨੇ। ਇਸ ਦੀ ਇੱਕ ਉਦਾਹਰਣ ਹੈ 20 ਸਾਲਾਂ ਦਾ ਜਮਾਂਦਰੂ ਨੇਤਰਹੀਣ ਗੁਰਸਿੱਖ ਨੌਜਵਾਨ ਗੁਲਸ਼ਨ ਸਿੰਘ, ਜਿਸ ਨੇ ਬਚਪਨ ਤੋਂ ਹੀ ਆਪਣੀ ਸਰੀਰਕ ਕਮੀ ਦੇ ਨਾਲ ਲੜਨ ਦਾ ਜਜ਼ਬਾ ਦਿਲ ਵਿਚ ਪਾਲ ਲਿਆ ਤੇ 7 ਵਰਿਆਂ ਦੀ ਉਮਰ ਵਿਚ ਹੀ ਯਤੀਮ ਖਾਨੇ ਤੋਂ ਪੜਾਈ, ਜਿਹੜੀ ਪੜਾਈ ਦੇ ਨਾਲ ਨਾਲ ਰੂਹਾਨੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਤੇ ਆਪਣੀ ਮਿਹਨਤ ਦੀ ਬਦੌਲਤ ਆਪਣੇ ਅੰਦਰ ਦੇ ਰੱਬੀ ਹੁਨਰ ਨੂੰ ਨਿਖਾਰਿਆ ਤੇ ਸ਼ਬਦ ਗਾਇਨ ਅਤੇ ਤਬਲਾ ਵਜਾਉਣ ਦੀ ਕਾਬਲੀਅਤ ਹਾਸਲ ਕੀਤੀ। 10ਵੀਂ ਤੱਕ ਬ੍ਰੇਨ ਲਿਪੀ ਨਾਲ ਪੜਾਈ ਕੀਤੀ ਅਤੇ 12ਵੀਂ ਅੰਮ੍ਰਿਤਸਰ ਦੇ ਆਮ ਸਰਕਾਰੀ ਸਕੂਲ ਵਿਚ ਉਥੋਂ ਦੇ ਹੋਰ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਪੂਰੀ ਕਰ ਲਈ ਤੇ ਅੱਗੋ ਪੜ੍ਹਨਾ ਚਾਹੁੰਦਾ ਸੀ, ਪਰ BA ਪਹਿਲੇ ਸਾਲ ਦਾ ਪ੍ਰਾਈਵੇਟ ਤੌਰ ਤੇ ਇੱਕ ਪੇਪਰ ਹੀ ਦੇ ਪਾਇਆ ਤੇ ਦੂਜੇ ਪੇਪਰ ਵਿਚ ਰਾਈਟਰ ਨਹੀਂ ਮਿਲਿਆ। ਫਿਰ ਵੀ BA ਕਰਨ ਦੀ ਆਸ ਲੈ ਕੇ ਪਿਛਲੇ ਸਾਲ ਸਰਕਾਰੀ ਕਾਲਜ ਵਿਖੇ ਗਿਆ ਤੇ ਐਡਮਿਸ਼ਨ ਨਹੀਂ ਦਿੱਤੀ ਗਈ ਤੇ 14 ਸਾਲ ਦੀ ਉਮਰ ਸੀ ਜਦੋਂ ਉਦੋਂ ਉਸਦੇ ਪਿਤਾ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਸੀ ਤੇ ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਜਾਂ ਫਿਰ ਇਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਅੱਗੇ ਖਿਡੌਣੇ ਵੇਚ ਕੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਬੱਚਿਆਂ ਨੂੰ ਪਾਲਣਾ ਪੋਸ਼ਣਾ ਜਿਹੜੀ ਬੱਚਿਆਂ ਦੀ ਪਾਲਣ ਪੋਸ਼ਣ ਜਿਹੜਾ ਉਹ ਕਰਦੀ ਸੀ ਤੇ ਗੁਲਸ਼ਨ ਸਿੰਘ ਨੇ ਵੀ ਸ਼ਬਦ ਗਾਇਨ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਕਮਰੇ ਵਾਲਾ ਬਿਨਾਂ ਛੱਤ ਤੋਂ ਕੱਚਾ ਘਰ ਤਾਂ ਸਰਕਾਰੀ ਗ੍ਰਾਂਟ ਨਾਲ ਪੱਕਾ ਬਣ ਗਿਆ ਹੈ, ਪਰ ਗੁਲਸ਼ਨ ਸਿੰਘ ਨੂੰ ਸੰਗੀਤ ਅਤੇ ਉਚੇਚੀ ਸਿੱਖਿਆ ਹਾਸਲ ਕਰਨ ਦੇ ਲਈ ਨਾ ਤਾਂ ਸਰਕਾਰੀ ਤੌਰ ਤੇ ਨਾ ਹੀ ਕਿਸੇ ਜਥੇਬੰਦੀ ਵੱਲੋਂ ਸਹਿਯੋਗ ਮਿਲਿਆ ਤੇ ਸਾਧਨਾ ਦੀ ਕਮੀ ਕਾਰਨ ਗੁਲਸ਼ਨ ਸਿੰਘ ਦਾ ਹੁਨਰ ਵੀ ਦੱਬ ਕੇ ਰਹਿ ਗਿਆ ਤੇ ਉੱਥੇ ਹੀ ਪੇਂਟਿੰਗ ਦੀ ਦੁਨੀਆ ਵਿਚ ਅੰਤਰਰਾਸ਼ਟਰੀ ਪੱਧਰ ਤੇ ਨਾਮ ਖੱਟ ਚੁੱਕੇ ਚਿੱਤਰਕਾਰ ਜਸਵੀਰ ਸਿੰਘ ਵਿਰਕ ਨੇ ਕਿਹਾ ਹੈ ਕਿ ਸਰਕਾਰ ਅਤੇ ਧਾਰਮਿਕ ਸੰਗਠਨਾਂ ਨੂੰ ਅਜਿਹੇ ਵਿਸ਼ੇਸ਼ ਜ਼ਰੂਰਤ ਵਾਲੇ ਹੁਨਰਮੰਦ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਮੈਂ ਜੀ 7 ਸਾਲ ਦੀ ਉਮਰ ਦਾ ਸੀ ਜਦੋਂ ਸੈਂਟਰ ਖਾਲਸਾ ਜਦੀਮਖਾਨੇ ਵਿਖੇ ਸਾਡੇ ਮਾਂ ਪਿਓ ਨੇ ਦਾਖਲ ਕਰਾਇਆ ਸਾਨੂੰ ਤੇ ਉੱਥੇ ਅਸੀਂ 10ਵੀਂ ਤੱਕ ਜਿਹੜੀ ਬ੍ਰੇਲ ਲਿਪੀ ਦੇ ਨਾਲ ਪੜ੍ਹਾਈ ਕੀਤੀ ਤੇ +1 +2 ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਤੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਹਿੰਦਰ ਸਿੰਘ ਉਸਤਾਦ ਜੀ ਅਤੇ ਭਾਈ ਰਣਜੀਤ ਸਿੰਘ ਉਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰਹਿਣ ਕੀਤੀ ਅਤੇ ਗੁਰਬਾਣੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਅਸੀਂ ਭਾਈ ਸਕੱਤਰ ਸਿੰਘ ਉਸਤਾਦ ਜੀ ਦੇ ਪਾਸੋਂ ਹਾਸਲ ਕੀਤੀ। ਹੋਰ ਸਿਰਫ ਤਬਲਾ ਹਾਰਮੋਨੀਅਮ ਅਤੇ ਗੁਰਬਾਣੀ ਅਤੇ ਬ੍ਰੇਲ ਲਿਪੀ ਅੱਗੇ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਸੁਣਿਆ? ਜੀ ਹਾਂਜੀ। 2022 ਦੇ ਵਿੱਚ ਉੱਥੇ ਪੇਪਰ ਦਿੱਤਾ ਸੀ ਇੱਕ ਅਤੇ ਬਾਅਦ ਚੋਂ ਰਾਈਟਰ ਨਾ ਹੋਣ ਦੇ ਕਾਰਨ ਫਿਰ ਮੈਂ ਉੱਥੇ ਨਹੀਂ ਕਰ ਸਕਿਆ। ਉੱਥੇ ਮਤਲਬ ਇੱਕ ਤਾਂ ਨਾ ਕੋ ਜਿਹੜੀ ਟੀਚਰ ਨਹੀਂ ਸੀ ਹੈਗੇ ਬ੍ਰੇਲ ਲਿਪੀ ਦੇ, ਹੈ ਨਾ, ਅਤੇ ਦੂਸਰੇ ਪਾਸੇ ਜਿਹੜਾ ਰਜਿਸਟਰ ਨੰਬਰ ਸੀ ਨਹੀਂ ਸੀ ਕਟਵਾਇਆ, ਇਸ ਕਰਕੇ। ਕੀ ਕਰਨਾ ਚਾਹੁੰਦੇ ਹੋ ਜੀ? ਅੱਗੇ ਪੜ੍ਹਨਾ ਚਾਹੁੰਦੇ ਜੀ। ਕੀ ਪੜ੍ਹਨਾ ਚਾਹੁੰਦੇ ਹੋ? ਇਹ BA ਪੜ੍ਹਾਈ BA ਕਰਨਾ ਚਾਹੁੰਦੇ ਹੋ ਜਾਂ ਸੰਗੀਤ ਦੇ ਏਰੀਆ? ਨਹੀਂ ਨਹੀਂ, ਦੋਨੇ ਏਰੀਆ, ਦੋਨੇ ਬੰਦੇ ਹੋਣ ਤਾਂ ਚਲੋ ਠੀਕ ਹੁੰਦਾ। ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਅਤੇ ਸਰਕਾਰਾਂ ਨੂੰ ਵੀ ਚਲੋ ਇਹ ਅਪੀਲ ਕਰਦਾ ਕਿ ਸਾਡੇ ਬਰਿੰਡਿਆਂ ਦੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬ੍ਰੇਲ ਜਿਹੜੀ ਆ ਹੋਣੀ ਚਾਹੀਦੀ ਹੈ, ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਹੈ। ਦੇਖੋ ਜੀ, ਅਜਿਹੇ ਨੌਜਵਾਨ ਜਿਹੜੇ ਕੋਈ ਸਰੀਰਕ ਕਮੀ ਲੈ ਕੇ ਆਉਂਦੇ ਨੇ ਦੁਨੀਆ 'ਤੇ, ਪਰਮਾਤਮਾ ਉਹਨਾਂ ਨੂੰ ਕੁਝ ਅਜਿਹਾ ਵੀ ਨਾਲ ਦੇ ਦਿੰਦਾ ਹੈ ਜਿਹਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬੈਲੈਂਸ ਰੱਖ ਕੇ ਜੀ ਸਕਦੇ ਨੇ ਜਾਂ ਉਸਨੂੰ ਆਪਣੀ ਲਾਈਫ ਜਿਹੜੀ ਹੈ ਉਹਨੂੰ ਉਹਦਾ ਪ੍ਰਭਾਵ ਚਲਾ ਸਕਦੇ ਨੇ। ਹੁਣ ਗੁਲਸ਼ਨ ਸਿੰਘ ਜੀ ਨੇ ਭਾਵੇਂ ਨੇਤਰਹੀਣ ਨੇ, ਲੇਕਿਨ ਇਹਨਾਂ ਦੇ ਹੌਂਸਲੇ ਬੜੇ ਬੁਲੰਦ ਨੇ। ਇਹਨਾਂ ਨੂੰ ਪਰਮਾਤਮਾ ਨੇ ਅਜਿਹਾ ਹੁਨਰ ਦਿੱਤਾ ਹੈ, ਇਹ ਗਾ ਵੀ ਸਕਦੇ ਨੇ, ਇਹ ਇੰਸਟਰੂਮੈਂਟਸ ਵੀ ਵਜਾ ਸਕਦੇ ਨੇ, ਹਾਰਮੋਨੀਅਮ ਬੜਾ ਅੱਛਾ ਪਲੇ ਕਰਦੇ ਨੇ, ਤਬਲਾ ਅੱਛਾ ਪਲੇ ਕਰਦੇ ਨੇ, ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਵਾ। ਉਹਦੇ ਨਾਲ ਕੀ ਕਰਦੇ ਨੇ, ਇਹ ਸਾਡੇ ਗੁਰਦੁਆਰਾ ਸਾਹਿਬ, ਗੁਰਦੁਆਰਾ ਟਾਹਲੀ ਸਾਹਿਬ, ਬਾਬਾ ਸ਼੍ਰੀ ਚਰਨ ਜੀ ਦਾ ਗੁਰਦੁਆਰਾ ਸਾਹਿਬ, ਉੱਥੇ ਵੀ ਸੇਵਾ ਨਿਭਾਉਂਦੇ ਨੇ। ਸਾਡੇ ਗੁਰਦੁਆਰਾ ਪੰਡਿਤ ਅਜੀਤਾ ਨਾਥ ਪਿੰਡ ਗਾਲੜੀ ਵਿਖੇ, ਇੱਥੇ ਵੀ ਸੇਵਾ ਨਿਭਾਉਂਦੇ ਨੇ। ਅਤੇ ਜਿਹੜੇ ਬਾਕੀ ਜਥੇ ਨੇ, ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮਾਂ 'ਤੇ ਵੀ ਚਲੇ ਜਾਂਦੇ ਨੇ, ਪਿੰਡਾਂ ਵਿੱਚ ਕੀਰਤਨ ਕਰਨ ਵੀ ਚਲੇ ਜਾਂਦੇ ਨੇ। ਜੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਕੋਈ ਸਮਾਗਮ ਹੁੰਦਾ ਤਾਂ ਉੱਥੇ ਵੀ ਆਪਣੀ ਇਹ ਸੇਵਾ ਦਿੰਦੇ ਨੇ।
ਜਿਹੇ ਬੱਚਿਆਂ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ, ਉਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੋਣਾ ਚਾਹੀਦਾ, ਸਰਕਾਰਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ, ਸਮਾਜਿਕ ਸੰਸਥਾਵਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ। ਜਿਹੜੇ ਲੋਕਲ ਲੋਕ ਨੇ, ਪਿੰਡ ਦੇ ਵਾਸੀ ਨੇ ਜਾਂ ਏਰੀਏ ਦੇ ਵਾਸੀ ਨੇ, ਜਿਹੜੇ ਪਹੁੰਚ ਰੱਖਦੇ ਨੇ, ਜਿਹਨਾਂ ਜਿਹੜੇ ਆਰਥਿਕ ਤੌਰ 'ਤੇ ਸਮਰੱਥ ਨੇ, ਜਾਂ ਕਿਸੇ ਐਨ ਜੀ ਓ ਨਾਲ ਜੁੜੇ ਹੋਏ ਨੇ, ਜਾਂ ਕਿਸੇ ਸਮਾਜ ਸੇਵੀ ਸੰਸਥਾ ਦੇ ਨਾਲ ਜੁੜੇ ਹੋਏ ਨੇ, ਜਾਂ ਇੱਦਾਂ ਦੀ ਸੋਚ ਰੱਖਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਜ਼ਰੂਰਤਮੰਦ ਨੇ, ਅਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ। ਅਤੇ ਜ਼ਿਆਦਾ ਮੇਨ ਰੋਲ ਜਿਹੜਾ ਮੈਂ ਤਾਂ ਇਸ ਵਿੱਚ ਸਰਕਾਰਾਂ ਦਾ, ਅਤੇ ਜੇ ਇਹ ਕੋਈ ਧਾਰਮਿਕ ਸੰਸਥਾਵਾਂ ਜਿਹੜੀਆਂ ਸਪੈਸ਼ਲ ਇਸ ਵਾਸਤੇ ਬਣੀਆਂ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਤੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਉਹ ਵੀ ਇਹਨਾਂ ਅਜਿਹੇ ਬੱਚਿਆਂ ਦਾ ਧਿਆਨ ਰੱਖਣ। ਕਿੱਦਾਂ ਦਾ ਮਤਲਬ ਇਹਨਾਂ ਦਾ ਜੀਵਨ ਚੱਲ ਰਿਹਾ ਇਸ ਵੇਲੇ? ਮਾਤਾ ਜੀ ਨੂੰ ਕਿੰਨੀ ਕੁ ਮਿਹਨਤ ਕਰਨੀ ਪੈ ਰਹੀ ਹੈ ਔਰ ਗੁਲਸ਼ਨ ਜੀ ਕਿੰਨੀ ਕੁ ਮਿਹਨਤ ਕਰ ਰਹੇ ਹੈ? ਪ੍ਰਤੱਖ ਨੂੰ ਪ੍ਰਮਾਣ ਕੀ ਜੀ, ਜੀਵਨ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ, ਇਹ ਤਾਂ ਜਗ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਨੇ। ਇਹਨਾਂ ਕੋਲ ਪਹਿਲਾਂ ਇੱਕ ਕਮਰਾ ਹੁੰਦਾ ਸੀ, ਕੱਚਾ ਕਮਰਾ ਹੁੰਦਾ ਸੀ, ਰਸੋਈ ਬਾਹਰ ਸੀ, ਉਹਦੇ ਉੱਤੇ ਤਰਪਾਲ ਪਾਈ ਹੁੰਦੀ ਸੀ, ਬਰਸਾਤਾਂ ਦੇ ਵਿੱਚ, ਠੰਡਾਂ ਦੇ ਵਿੱਚ, ਗਰਮੀਆਂ ਦੇ ਵਿੱਚ ਉੱਥੇ ਹੀ ਕੰਮ ਕਰਦੇ ਸੀ, ਇੱਕ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ। ਹੁਣ ਇੱਕ ਸੰਸਥਾ ਨੇ ਇੱਕ ਕਮਰਾ ਬਣਾ ਕੇ ਦਿੱਤਾ, ਗ੍ਰਾਂਟ ਮਿਲੀ ਹੈ, ਅਤੇ ਉਸ ਦੇ ਨਾਲ ਕੰਸਟਰਕਸ਼ਨ ਚੱਲ ਰਹੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਅਤੇ ਮਾਤਾ ਜੀ ਨੂੰ ਕਾਫੀ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਕੇ, ਬਰਤਨ ਮਾਂਜ ਕੇ, ਕੱਪੜੇ ਧੋ ਕੇ, ਪੀਣ ਕਰਕੇ ਉਹਦੇ ਨਾਲ ਗੁਜ਼ਾਰਾ ਕਰਦੇ ਨੇ, ਅਤੇ ਆਪਣੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ। ਕੀ ਅਪੀਲ ਕਰਨਾ ਚਾਹੋਗੇ ਗੁਲਸ਼ਨ ਜੀ ਲਈ, ਖਾਸ ਕਰਕੇ ਇਹਨਾਂ ਦੇ ਪਰਿਵਾਰ ਲਈ, ਖਾਸ ਕਰਕੇ ਸਮਾਜ ਸੇਵੀ ਸੰਸਥਾ? ਮੈਂ ਤਾਂ ਸਰਕਾਰਾਂ ਨੂੰ ਵੀ, ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹੋ ਅਪੀਲ ਕਰਨੀ ਚਾਹੁੰਦਾ ਵੀ ਉਹ ਆਪਣੀ ਜਿੰਨੀ ਹੈਸੀਅਤ ਰੱਖਦੇ ਨੇ, ਪਹੁੰਚ ਰੱਖਦੇ ਨੇ, ਉਹਦੇ ਮੁਤਾਬਕ ਅਜਿਹੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਵੀ ਇੱਕ ਸਧਾਰਨ ਅਤੇ ਵਧੀਆ ਜ਼ਿੰਦਗੀ ਜੀ ਸਕਣ।